ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪਰਮੀਸ਼ਮ। ਸੋਰੀ ਮੈਂ 12 ਵਜੇ ਦੀ ਅਪਡੇਟ ਕੀਤੀ ਸੀ, ਪਰ 1:30 ਵੱਜ ਗਿਆ, ਲਾਈਵ ਥੋੜ੍ਹਾ ਜਿਹਾ ਲੇਟ ਆਇਆ ਉਹ ਇਸ ਕਰਕੇ ਕਿਉਂਕਿ ਇੱਥੇ ਨੈੱਟ ਬਹੁਤ ਵੀਕ ਹੈ। ਅਤੇ ਤੁਹਾਡੇ ਸਾਰੇ ਜਾਣਿਆਂ ਨਾਲ ਜਿਨ੍ਹਾਂ ਨੇ ਵੇਟ ਕੀਤੀ, ਮੈਨੂੰ ਕਾਫੀ ਇਨਬੋਕਸ ਮੈਸੇਜਸ ਵੀ ਆਏ ਕਿ ਭਾਅ ਜੀ ਲਾਈਵ ਦੀ ਵੇਟ ਕਰ ਰਿਹਾ। ਨਿਊਜ਼ ਆਹ ਹੈ ਜੀ, ਜਿਵੇਂ ਕਿ ਮੈਂ ਲਿਖਿਆ ਕਿ ਅੱਜ ਅਸੀਂ ਮੇਰੀ ਇੰਟਲ ਅਨਾਊਂਸ ਕਰ ਰਹੇ ਹਾਂ ਜੀ। ਸੋ ਜਿੰਨੇ ਵੀ ਪਿਆਰ ਕਰਨ ਵਾਲੇ ਸਰੋਤੇ ਮੇਰੇ ਫੈਨਸ, ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਪਹੁੰਚਿਆ, ਜਿਨ੍ਹਾਂ ਦੇ ਕਮੈਂਟਸ ਆਉਂਦੇ ਸੀ ਕਿ ਬਾਈ ਯਾਰ ਤੂੰ ਫਿਲਮ ਨਹੀਂ ਕਰਦਾ, ਫਿਲਮ ਨਹੀਂ ਕਰਦਾ, ਫਿਲਮ ਨਹੀਂ ਕਰਦਾ, ਸੋ ਆਹ ਲੈ ਚੱਕ ਮੈਂ ਆ ਗਿਆ। ਨਾ ਜੀ ਰੌਕੀ ਮੈਂਟਲ ਆ ਜੀ, ਉਹਦਾ ਪਹਿਲਾ ਪੋਸਟਰ ਹੈ, ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਰਿਹਾ। ਹਾਲੇ ਮੈਂ ਕੋਈ ਪੋਸਟ ਨਹੀਂ ਪਾਈ ਅਤੇ ਮੈਂ ਸਿਰਫ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ। ਲਓ ਜੀ ਆਹ ਪਹਿਲਾ ਪੋਸਟਰ ਹੈ ਜੀ ਰੌਕੀ ਮੈਂਟਲ, ਆਹ ਤੁਹਾਡਾ ਦੂਜਾ ਪੋਸਟਰ ਹੈ ਜੀ, ਇਹਨਾਂ ਦੇ ਤੀਜਾ ਪੋਸਟਰ। ਸੋ ਚੱਲ ਗਿਆ ਲਾਈਵ, ਚੱਲ ਗਿਆ, ਆ ਗਏ ਲਾਈਵ। ਸੋ ਸਾਰੇ ਜਾਣਿਆਂ ਨੂੰ ਬਹੁਤ ਬਹੁਤ ਧੰਨਵਾਦ। ਤੁਹਾਨੂੰ ਇੰਟਰੋਡਿਊਸ ਕਰਾਉਂਦੇ ਹਾਂ ਜੀ ਸਾਡੇ ਪ੍ਰੋਡਿਊਸਰ ਸਾਹਿਬ ਅਤੇ ਨਾਲ ਸਾਡੇ ਰੂਬਲ ਵੀਰਾ ਅਤੇ ਡਾਇਰੈਕਟਰ ਸਾਹਿਬ। ਸਾਡੇ ਕਿੱਥੇ ਨੇ ਡਾਇਰੈਕਟਰ ਸਾਹਿਬ? ਅੰਦਰ ਇੰਟਰਵਿਊ ਦੇ ਰਹੇ ਨੇ। ਸੋ ਸਾਰਿਆਂ ਨੂੰ ਜੀ, ਮੈਨੂੰ ਲੱਗਦਾ ਲਾਈਵ ਚੰਗੀ ਤਰ੍ਹਾਂ ਚੱਲ ਗਿਆ, ਸਟੈਬਲਿਸ਼ ਹੋ ਗਿਆ। ਅਤੇ ਇੱਕ ਵਾਰੀ ਫਿਰ ਸੁਣਿਆ ਜੀ ਆਪਣੀ ਡੈਬਿਊ ਮੂਵੀ ਰੌਕੀ ਮੈਂਟਲ ਦੇ ਅੱਜ ਪੋਸਟਰ ਲਾਂਚ ਕੀਤਾ ਜੀ ਅਸੀਂ ਅੱਜ JW ਮੈਰੀਅਟ ਦੇ ਵਿੱਚ। ਸਾਡੇ ਪੋਸਟਰਸ ਨੇ ਅਤੇ ਥੈਂਕ ਯੂ ਸੋ ਮੱਚ ਮੇਰੇ ਸਾਰੇ ਸਰੋਤਿਆਂ ਦਾ, ਪਿਆਰ ਕਰਨ ਵਾਲੇ ਸੱਜਣ ਮਿੱਤਰਾਂ ਦਾ, ਜਿਨ੍ਹਾਂ ਨੇ ਅੱਜ ਮੈਨੂੰ ਇਸ ਮੁਕਾਮ 'ਤੇ ਖੜਾ ਕੀਤਾ। ਸੋ ਜਿੰਨੇ ਜਾਣੇ ਕਹਿੰਦੇ ਸੀ ਬਾਈ ਯਾਰ ਤੂੰ ਮੂਵੀ ਨਹੀਂ ਕਰਦਾ, ਮੂਵੀ ਹੋਊਗੀ ਤਾਂ ਅੱਜ ਮੈਂ ਤੁਹਾਨੂੰ ਆਪਣੇ ਲਾਈਫ ਦੇ 2-4 ਅਹਿਮ ਬੰਦਿਆਂ ਨਾਲ ਮਿਲਾਉਣਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੋਪੀ ਨਾਲ ਮਿਲਾਉਣਾ। ਆਇਆ ਮੋਪੀ, ਇਹ ਜੀ ਗਗਨ ਮੇਰਾ ਭਰਾ, ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਗਗਨ ਇਸ ਅੱਜ ਦੇ ਦਿਨ 'ਚ ਮੇਰੇ ਨਾਲ ਹੈ, ਕਿਉਂਕਿ ਗਗਨ ਨਾਲ ਮੈਂ ਆਸਟ੍ਰੇਲੀਆ 5-7 ਸਾਲ ਰਿਹਾ ਅਤੇ ਗਗਨ ਮੇਰਾ ਔਖੇ ਵੇਲਿਆਂ ਦਾ ਸਾਥੀ ਆ। ਅਤੇ ਆਹ ਜੀ ਬੰਦਾ ਇੱਕ ਹੋਰ ਜਿਹੜੇ ਤੁਸੀਂ ਸਾਰੇ ਪੁੱਛਦੇ ਹੋ ਟੈਟੂ ਕਿਹਦੇ ਨਾਂ ਦਾ, ਆਹ ਟੈਟੂ ਇਸ ਬੰਦੇ ਦੇ ਨਾਂ ਦਾ ਜੀ, ਮੇਰਾ ਛੋਟਾ ਭਰਾ ਸੁਖਨ। ਅਤੇ ਇੱਕ ਗੱਲ ਹੁਣ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਇੱਕ ਛੋਟੀ ਜੀ। ਮੇਰਾ ਇੱਕ ਦੋਸਤ ਹੁੰਦਾ ਸੀਗਾ ਜੋ ਇਨਫੋਸਿਸ 'ਚ ਜੋਬ ਕਰਦਾ ਸੀਗਾ, ਬੜੀ ਵਧੀਆ ਜੋਬ ਕਰਦਾ ਸੀ, ਵਧੀਆ ਨੌਕਰੀ ਲੱਗਿਆ ਸੀ, ਉਹ ਵੀ ਉਹਦੇ ਡੈਡ ਵੀ ਪ੍ਰੋਫੈਸਰ ਸੀਗੇ। ਮੈਂ ਆਸਟ੍ਰੇਲੀਆ ਜੋਬ ਕਰਦਾ ਸੀ, ਮੇਰਾ ਦੋਸਤ ਇੰਡੀਆ ਜੋਬ ਕਰਦਾ ਸੀਗਾ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰਾ ਜੀ ਨਹੀਂ ਲੱਗਦਾ ਆਸਟ੍ਰੇਲੀਆ, ਮੈਂ ਇੰਡੀਆ ਜਾਣਾ, ਮੈਂ ਆਪਣੇ ਡ੍ਰੀਮ ਨੂੰ ਚੇਜ਼ ਕਰਨਾ ਯਾਰ, ਮੈਂ ਐਕਟਿੰਗ ਡਾਇਰੈਕਸ਼ਨ ਕਰਨੀ ਹੈ। ਤਾਂ ਬੰਦਾ ਮੈਨੂੰ ਕਹਿੰਦਾ ਮੇਰਾ ਵੀ ਜੀ ਨਹੀਂ ਕਰਦਾ, ਮੇਰਾ ਜੀ ਕਰਦਾ ਕਿ ਮੈਂ ਨਾ ਤਿਆਰੀ ਕਰਾਂ PCS ਦੀ, ਅਤੇ ਮੈਂ ਯਾਰ ਅਫਸਰ ਲੱਗਾਂ। ਅਤੇ ਮੈਂ ਕਿਹਾ ਫਿਰ ਮੈਂ ਜੋਬ ਛੱਡਦਾ? ਕਹਿੰਦਾ ਮੈਂ ਵੀ ਜੋਬ ਛੱਡ ਦਿੰਦਾ। ਅਤੇ ਉਹ ਬੰਦੇ ਨੇ ਫਿਰ ਜੋਬ ਛੱਡਤੀ ਅਤੇ ਮੈਂ ਅੱਜ ਪਰਮੀਸ਼ ਵਰਮਾ ਬਣ ਗਿਆ ਤੁਹਾਡੇ ਸਾਰਿਆਂ ਕਰਕੇ। ਅਤੇ ਮੇਰਾ ਭਰਾ ਆਸਵੰਤ ਧਾਲੀਵਾਲ, ਆਹ ਸਾਡੇ DSP ਸਾਹਿਬ, ਸਾਡਾ ਅਫਸਰ ਮੇਰਾ ਭਰਾ, ਅਤੇ ਨਾਲ ਸਾਡੇ ਭਾਬੀ ਜੀ ਜਸਮੀਤ ਭਾਬੀ। ਅਤੇ ਮੈਨੂੰ ਖੁਸ਼ੀ ਹੈ ਮੇਰੇ ਬਚਪਨ ਦਾ ਦੋਸਤ, ਮੇਰਾ ਸਭ ਤੋਂ ਕਲੋਜ਼ ਦੋਸਤ, ਮੇਰੇ ਖਿਆਲ ਨਾਲ ਆਸ਼ੂ ਤੋਂ ਵੱਧ ਮੇਰੇ ਕਲੋਜ਼ ਕੋਈ ਵੀ ਨਹੀਂ, ਕਿਉਂਕਿ ਅਸੀਂ ਨਿੱਕੇ ਨਿੱਕੇ ਹੁੰਦੇ ਜਦ ਅਸੀਂ ਦੋਸਤ ਹਾਂ। ਅਤੇ ਮੈਨੂੰ ਖੁਸ਼ੀ ਹੈ ਕਿ ਜੀ ਆਸ਼ੂ ਅੱਜ ਮੇਰੇ ਅੱਜ ਦੇ ਐਡੇ ਵੱਡੇ ਦਿਨ ਦਾ ਹਿੱਸਾ ਹੈ। ਥੈਂਕ ਯੂ ਸੋ ਮੱਚ ਆਸ਼ੂ ਅਤੇ ਭਾਬੀ ਦਾ ਇੱਥੇ ਆਉਣ ਲਈ, ਸਾਡੇ DSP ਸਾਹਿਬ, ਇਹਨਾਂ ਨੂੰ ਵਧਾਈਆਂ ਬਹੁਤ ਬਹੁਤ DSP ਲੱਗਣ ਦੀਆਂ। ਅਤੇ ਮੇਰਾ ਆੜੀ ਹੁਣ DSP ਹੈ ਜੀ, ਹੈ। ਅਤੇ ਰਿਪੂ ਜੀ ਅਤੇ ਰੰਧਾਵਾ ਵੀਰਾ ਵੀ ਆਉਣ ਲਈ ਨਾ। ਰਿਪੂ ਵੀਰੇ ਸਤਿ ਸ਼੍ਰੀ ਅਕਾਲ, ਤੁਹਾਡੇ ਭਰਾ ਨੇ ਫਿਲਮ ਸਾਈਨ ਕੀਤੀ ਜੀ, ਆਹ ਦੇਖੋ ਪੋਸਟਰ ਅਤੇ ਤੁਹਾਡੇ ਛੋਟੇ ਦਾ ਕੀ ਹਾਲ ਹੈ। ਅਤੇ ਹੁਣ ਤੁਹਾਨੂੰ ਇੰਟਰੋਡਿਊਸ ਕਰਾਉਂਦੇ ਹਾਂ ਜੀ ਵਿਕਰਮ ਥੋਰੀ ਸਰ, ਜੋ ਕਿ ਸਾਡੇ ਡਾਇਰੈਕਟਰ ਨੇ ਮੂਵੀ ਦੇ, ਜਿਨ੍ਹਾਂ ਨੇ ਸਰ ਤੁਸੀਂ ਕਹੋ ਜੀ ਕੁਛ ਦੋ ਗੱਲਾਂ। ਗੱਲਾਂ ਮਿੱਠੀਆਂ ਦੀ ਪੱਟੀ ਹੋਈ ਹੋਰ ਕੁਛ ਨਹੀਂ ਮੇਰੇ। ਵਿਕਰਮ ਸਰ ਮੈਨੂੰ ਆਮ ਗਲੈਡ ਕਿ ਵਿਕਰਮ ਸਰ ਆਏ ਨੇ ਜੀ, ਨਹੀਂ ਮੈਂ ਲੱਗੇ ਉੱਧਰ ਭੁੱਲਰ ਆ ਗਿਆ ਆਪਣਾ। ਅਤੇ ਵਿਕਰਮ ਸਰ ਜਿਨ੍ਹਾਂ ਨੇ ਜੀ ਮੂਵੀ ਲਿਖੀ ਹੈ ਰੌਕੀ ਮੈਂਟਲ, ਅਤੇ ਸਰ ਨੇ ਮੈਨੂੰ ਨਰੇਸ਼ਨ ਸੁਣਾਈ ਸੀਗੀ ਅੱਜ ਤੋਂ 2 ਮਹੀਨੇ ਪਹਿਲਾਂ, ਅਤੇ ਜਦੋਂ ਮੈਂ ਪਹਿਲੀ ਵਾਰੀ ਨਰੇਸ਼ਨ ਸੁਣੀ ਅਤੇ ਉਹਦੀ ਮੈਂ ਡਿਸਾਈਡ ਕਰ ਲਿਆ ਸੀਗਾ ਕਿ ਮੈਂ ਮੂਵੀ ਕਰਨੀ ਹੈ, ਕਿਉਂਕਿ ਕਰੈਕਟਰ ਬਹੁਤ ਵਧੀਆ। ਅਤੇ ਨਾਲ ਸਾਡੇ ਰੂਬਲ ਭਾਜੀ ਪਿੱਛੇ ਖੜੇ ਨੇ, ਜੋ ਸਾਡੇ ਪੁਲ ਬਣੇ, ਜਿਨ੍ਹਾਂ ਨੇ ਸਾਨੂੰ ਮਿਲਾਇਆ, ਅਤੇ ਸਾਡੇ ਓਬਵੀਅਸਲੀ ਪ੍ਰੋਡਿਊਸਰ ਸਾਹਿਬ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ, ਉਹ ਮੂਵੀ 'ਤੇ ਇਨਵੈਸਟ ਕਰ ਰਹੇ ਨੇ ਜੀ। ਅਤੇ ਹੋਰ ਮੈਨੂੰ ਲੱਗਦਾ ਆਪਣੇ ਕੁਛ ਗੱਲ ਇੱਥੇ ਪਾਣੀ ਪਈ ਜਾਂਦਾ, ਪਰ ਚਲੋ ਕੋਈ ਗੱਲ ਨਹੀਂ, ਉੱਥੇ ਸਫਾਈਆਂ ਚੱਲ ਰਹੀਆਂ ਹੋਣਗੀਆਂ। ਮੈਰੀਅਟ ਦਾ ਸਟਾਫ, JW ਮੈਰੀਅਟ ਦਾ ਸਟਾਫ ਜੋ ਸੈਲਫੀ ਲੈਣ ਲਈ ਵੇਟ ਕਰ ਰਿਹਾ, ਮੈਮ ਤੁਸੀਂ ਸੈਲਫੀ ਲੈਣੀ ਸੀ, ਦੇਖੋ ਲਾਈਵ 'ਤੇ ਆ ਗਏ ਸਾਰੇ ਜਾਣੇ, ਠੀਕ ਹੈ, ਸਾਰਿਆਂ ਨੇ ਹੈਲੋ ਕਹਿ ਦਿਓ। ਅਤੇ ਹੋਰ ਕੌਣ ਹੈ ਇੱਥੇ? ਆਹ ਲੋ ਜੀ, ਤੁਹਾਨੂੰ 2-4 ਬੰਦਿਆਂ ਨਾਲ ਇੰਟਰੋਡਿਊਸ ਕਰਾ ਦਈਏ। ਗੁਰਜਸ ਜਿਹਦਾ ਗਾਣਾ ਫਾਈਨਲੀ 6 ਮਹੀਨੇ ਬਾਅਦ ਐਡਿਟ ਹੋ ਗਿਆ, ਗੁਰਜਸ ਦਾ ਗਾਣਾ ਲੈ ਕੇ ਆ ਰਿਹਾ ਮੋਪੀ। ਅਤੇ ਆਹ ਜੀ ਸੈਬੀ ਮੇਰਾ ਛੋਟਾ ਭਰਾ, ਉਹ ਤੇਰੀ ਅੱਖ ਸੈਬੀ ਡਾਰਲਿੰਗ ਮੇਰਾ ਛੋਟਾ ਭਰਾ। ਜੋਤ ਬਾਈ ਜੀ ਤੇ ਕਰਨ ਬਰਾੜ, ਡੇਢ ਦੀਆਂ ਇੱਕ ਆਇਓ, ਲਸੰਸ ਨਹੀਂ ਉਹ ਲੈਂਦੇ, ਆਹ ਬੰਦਾ ਤੁਸੀਂ ਜਾਣਦੇ ਹੋ, ਨੋ ਇੰਟਰੋਡਕਸ਼ਨ ਦੀ ਲੋੜ। ਭੁੱਲਰ ਸਾਹਿਬ ਤੇ ਆਪਣੇ ਕੀ ਕਹਿੰਦੇ ਨੇ ਚਾਚਾ ਜੀ ਕਰਨ ਤੇ ਸ਼ਿਵਮ। ਇੱਕ ਗੱਲ ਹੋਰ ਕਹਿ ਰਿਹਾ ਕਿ ਗਾਣੇ ਕਰਦੇ ਰਹਾਂਗੇ ਸ਼ੂਟ, ਸਾਡੇ ਅਗਲੇ ਮਹੀਨੇ ਦੇ ਸ਼ੂਟ ਪਲੈਨਡ ਨੇ ਗਾਣੇ,
ਅਸੀਂ 20 ਦਿਨ ਸ਼ੂਟ ਕਰ ਰਹੇ ਹਾਂ, ਉਸ ਤੋਂ ਬਾਅਦ ਗਾਣਿਆਂ ਦਾ ਇੱਕ ਸਾਡਾ ਸ਼ੂਟਿੰਗ ਦਾ ਸਲੋਟ ਹੈ, ਉਸ ਤੋਂ ਬਾਅਦ 15-20 ਦਿਨ ਫਿਰ ਮੂਵੀ ਸ਼ੂਟ ਕਰ ਰਹੇ ਹਾਂ। ਸੋ ਟੈਨਸ਼ਨ ਨਾ ਲਿਓ, ਗਾਣੇ ਤੁਹਾਡੇ ਰੈਡੀ ਨੇ, ਗਾਣੇ ਤੁਹਾਡੇ ਰੁਕਦੇ ਨਹੀਂ ਹੈਗੇ ਤੇ ਅੱਛਾ ਆਹ ਲਓ ਜੀ ਲਾਈਵ ਚੱਲਦੇ ਹੋਏ ਸਾਰੇ ਪੋਸਟਰ ਚੰਡੀਗੜ੍ਹ ਦੇ ਜਿੰਨੇ ਵੀ ਸੱਜਣ ਮਿੱਤਰ ਨੇ ਤੁਹਾਨੂੰ ਸਾਰਿਆਂ ਨੂੰ ਅੱਜ ਮਿਲਾਂਗੇ। ਬ੍ਰਾਡ ਕਿੰਨੇ ਵਜੇ ਕਹੀਏ ਪੋਸਟਰ ਦੇਵਾਂਗੇ ਹੈ ਨਾ? 5 ਵਜੇ ਕਿੱਥੇ? ਨਾ ਨਾ ਲੋਕਾਂ ਨੂੰ ਟਾਈਮ ਤਾਂ ਹੋਵੇ ਨਾ, 6 ਵਜੇ ਤਾਂ ਰੱਖ ਲੈਂਦੇ ਹਾਂ। ਇਲਾਂਟੇ ਰੱਖ ਲਈਏ, ਇਲਾਂਟੇ ਇਲਾਂਟੇ ਮੋਲ ਜਿੰਨੇ ਸੱਜਣ ਮਿੱਤਰ ਨੇ ਜੋ ਚੰਡੀਗੜ੍ਹ ਵਾਲੇ ਨੇ 6 ਵਜੇ ਪਹੁੰਚ ਜਿਓ। ਤੇ ਜਦੋਂ ਮੈਂ ਨਾ ਖੰਨੇ ਦਾ ਕਿਹਾ ਸੀ ਖੰਨੇ ਆਇਓ ਤੇ ਸਾਰੇ ਆਪਣੇ ਕਹਿੰਦੇ ਨੇ ਪਰ ਰਹਿਣ ਦਿਓ ਯਾਰ, ਹਲੇ ਫਾਈਨਲ ਨਹੀਂ ਕਰਦੇ ਹੈਗੇ। ਅਸੀਂ ਫਿਰ ਜਦੋਂ ਇੰਨੇ ਪ੍ਰੋਪਰ ਮੀਟਿੰਗ ਰੱਖਦੇ ਹਾਂ ਨਾ 2-4 ਦਿਨ ਬਾਅਦ, ਅੱਜ ਰਹਿਣ ਦਿਓ, ਅੱਜ ਕੈਂਸਲ ਕਰ ਦਿੰਦੇ ਹਾਂ। ਅੱਛਾ ਜੀ, ਜਿੰਨੇ ਆ ਰਹੇ ਨੇ ਸੱਜਣ ਸਾਰਿਆਂ ਨੂੰ ਸੋਰੀ ਜਿਨ੍ਹਾਂ ਦੇ ਕਮੈਂਟਸ ਨਹੀਂ ਮੈਂ ਪੜ੍ਹ ਸਕਿਆ। ਥੈਂਕ ਯੂ ਸੋ ਮੱਚ, ਕੀਪ ਲਵਿੰਗ, ਕੀਪ ਸਪੋਰਟਿੰਗ। ਭੁੱਲਰ ਸਾਹਿਬ ਆ ਗਏ ਆਪਣੇ, ਭੁੱਲਰ ਆ ਗਿਆ, ਭੁੱਲਰ ਵੀ ਆ ਗਿਆ ਤੇ ਜੀ ਸਾਡਾ ਇੱਕ ਹੋਰ ਸੱਜਣ ਹੈ ਜੀ, ਸਾਡਾ ਭਰਾ ਮੇਰਾ ਕਲਾਸਮੇਟ ਬਚਪਨ ਦਾ ਰਮਨ ਭੁੱਲਰ, ਜੋ ਕਿ DSP ਹੈ ਜੀ ਪਟਿਆਲੇ। ਉਹ ਭਰਾ ਸਾਨੂੰ ਮਿਲਣ ਆ ਰਿਹਾ। DSP ਸਾਹਿਬ ਨੂੰ ਅਸੀਂ ਟਾਈਮ ਕਿੰਨੇ ਦਾ ਦਿੱਤਾ ਸੀਗਾ? 11:30 ਦਾ ਤੇ 1:30 ਵੱਜ ਗਿਆ। ਉਹ ਜੱਸੀ ਚਹਿਲ ਔਨਲਾਈਨ ਹੋ ਗਿਆ, ਜੱਸੀ ਭਰਾ ਤੇਰਾ ਫੋਨ ਨਹੀਂ ਚੱਕ ਸਕਿਆ ਓਬਵੀਅਸਲੀ, ਮੂਵੀ ਕਰਕੇ ਥੋੜ੍ਹਾ ਜਿਹਾ ਬਿਜ਼ੀ ਸੀਗਾ। ਕਰਨ ਮੇਰਾ ਕਜ਼ਨ ਦੇਖ ਰਿਹਾ, ਕਰਨ ਕੇ ਡੀ ਜੀ ਆ ਰਿਹਾ, ਮੈਂ ਆਸਟ੍ਰੇਲੀਆ ਵੀ ਮਿਲਣ ਆਊਂਗਾ। ਆਸਟ੍ਰੇਲੀਆ ਦਾ ਵੀ ਹੈਗੇ 4-5 ਸੀਨ ਮੂਵੀ ਦੇ ਤੇ ਆਉਣਾ ਵੀਰੇ, ਮੈਂ ਲਾਈਵ ਹੋਇਆ ਹੋਇਆ। 5 ਮਿੰਟ ਦਿਓ ਮੈਨੂੰ ਪਲੀਜ਼, ਠੀਕ ਹੈ ਜੀ? ਸੁਖਨ ਲਓ ਜੀ, ਇਹ ਜੀ ਮੇਰਾ ਛੋਟਾ ਭਰਾ ਤੇ ਵਾਹ, ਮੈਂ ਦਿਖਾਉਣਾ ਸੀ ਲੋਕਾਂ ਨੂੰ, ਸਾਰੇ ਪੁੱਛਦੇ ਨੇ ਬਾਈ ਯਾਰ ਸੁਖਨ ਤੇਰੀ ਗਰਲਫ੍ਰੈਂਡ ਦਾ ਨਾਂ ਆ ਜੀ, ਮੇਰਾ ਛੋਟਾ ਵਰਜਨ ਹੈ ਜੀ। ਤੇ ਭੁੱਲਰ ਸਾਹਿਬ ਆ ਜਾਓ, ਮੈਂ ਭੁੱਲਰ ਨੂੰ ਦੇ ਕੇ ਚੱਲਿਆ, ਠੀਕ ਹੈ ਜੀ? ਪੋਸਟਰ ਥੋੜ੍ਹਾ ਟਾਈਮ ਲਈ ਬਾਈ ਤਾਂ ਗਿਆ ਜੀ, ਬੁਲਾ ਲਿਆ ਉਹਨਾਂ ਨੂੰ ਕਿਸੇ ਪਾਸੇ ਤੇ, ਉਹਨਾਂ ਨੇ ਫੋਨ ਮੈਨੂੰ ਫੜਾ ਦਿੱਤਾ। ਮੈਂ ਲਾਈਵ ਦੇ ਵਿੱਚ ਬਹੁਤ ਵੀਕ ਹਾਂ ਫਿਲਹਾਲ, ਆਪਾਂ ਥੋੜ੍ਹੇ ਪੋਸਟਰ ਦੇਖ ਲਈਏ ਜਿਹੜੇ ਆਪਾਂ ਗੱਡੀਆਂ ਦੇਵਾਂਗੇ, ਜਿਨ੍ਹਾਂ ਨੂੰ ਵੀ ਆਪਾਂ ਕਰ ਲਈਏ। ਇਹ ਪੋਸਟਰ ਜੀ ਆਪਣੇ ਅਫੀਸ਼ੀਅਲ ਪੋਸਟਰ ਨੇ, ਸਾਡੇ